2022 ਦੇ ਜਿੰਨੇ ਵੀ ਪੀਪੀਐਸਸੀ ਦੇ ਪੇਪਰ ਨੇ ਅਪ ਟੂ 6 ਨਵੰਬਰ ਤਾਂ 6 ਨਵੰਬਰ ਨੂੰ ਲਾਸਟ ਪੇਪਰ ਹੋਇਆ ਜੀ ਤੁਹਾਨੂੰ ਪਤਾ ਹੋਏਗਾ ਕਿਹੜਾ ਹੋਇਆ ਤਾਂ ਸਾਰੇ ਦੇ ਸਾਰੇ ਪੇਪਰ ਜਿਹੜਾ ਹੈਗਾ ਮਰਜ ਕਰ ਦਿੱਤੇ ਗਏ ਨੇ 2022 ਦੇ ਵਿੱਚ ਜਿੰਨੇ ਵੀ ਪੀਪੀਐਸਸੀ ਦੇ ਪੇਪਰਸ ਹੋਏ ਨੇ ਨੈਬ ਤਹਿਸੀਲਦਾਰ ਦਾ ਕੋਆਪਰੇਟਿਵ ਇੰਸਪੈਕਟਰ ਦਾ ਏਡੀਏ ਦਾ ਹੋਰ ਜੇਈ ਐਂਡ ਆਲ ਜਿੰਨੇ ਵੀ ਪੇਪਰਸ ਹੋਏ ਨੇ ਸਾਰੇ ਜਿਹੜਾ ਹੈਗਾ ਉਹਦੀ ਇੱਕ ਫਾਈਲ ਮਰਜ ਕਰਤੀ ਹੈ ਨੋ ਡਾਊਟ ਇਹ ਸਾਰੇ ਪੇਪਰ ਜਿਹੜੇ ਹੈਗੇ ਨੇ ਵੈਬਸਾਈਟ ਦੇ ਉੱਤੇ ਵੀ ਪਏ ਨੇ ਬਟ ਉੱਥੋਂ ਤੁਸੀਂ ਜੇ ਡਾਊਨਲੋਡ ਕਰੋਗੇ ਵਨ ਬਾਏ ਵਨ ਲੱਭੋਗੇ ਤਾਂ ਬਹੁਤ ਟਾਈਮ ਲੱਗੇਗਾ ਅਤੇ ਉਸ ਤੋਂ ਵੀ ਜ਼ਿਆਦਾ ਟਾਈਮ ਇਸ ਚੀਜ਼ 'ਚ ਲੱਗੇਗਾ ਕਿ ਇਸ 'ਚੋਂ ਜਦੋਂ ਤੁਸੀਂ ਰੈਲੇਵੈਂਟ ਡਾਟਾ ਅਲੱਗ ਕਰਨਾ ਤਾਂ ਉਹਨੂੰ ਬਹੁਤ ਟਾਈਮ ਲੱਗੇਗਾ ਮੰਨ ਲਓ ਕੋਈ ਵੀ ਪੇਪਰ ਹੈਗਾ ਤਾਂ ਟੈਕਨੀਕਲ ਪੇਪਰ ਹੈ ਤੁਸੀਂ ਸੀਨੀਅਰ ਅਸਿਸਟੈਂਟ ਦੀ ਪ੍ਰੈਪਰੇਸ਼ਨ ਕਰਨੀ ਹੈ ਤਾਂ ਉਹਦੇ ਵਿੱਚ ਤਾਂ ਟੈਕਨੀਕਲ ਆਉਣਾ ਨਹੀਂ ਤੁਹਾਨੂੰ ਸਿਰਫ ਨੋਨ ਟੈਕਨੀਕਲ ਆਉਣਾ ਤਾਂ ਐਕਸਟਰਾ ਡਾਟਾ ਬਹੁਤ ਹੈ ਤਾਂ ਤੁਹਾਨੂੰ ਇਹਦੇ ਨਾਲ ਇੱਕ ਫਾਈਲ ਵੀ ਮਿਲੇਗੀ ਜਿਸ ਦੇ ਵਿੱਚ ਸਿਰਫ ਰੈਲੇਵੈਂਟ ਡਾਟਾ ਹੋਏਗਾ ਜਿਵੇਂ ਕਿ ਆਪਣੀ ਪਹਿਲਾਂ ਵਾਲੀ ਇੱਕ ਫਾਈਲ ਸੀਗੀ ਦੇਖੋ ਜਿਵੇਂ ਆਪਣੇ ਪਹਿਲਾਂ ਵਾਲੇ ਪੇਪਰ ਸੀਗੇ ਜੀ ਆਹ ਵਾਲੇ ਪੇਪਰ ਸੀਗੇ ਤਾਂ ਇਹਦੇ ਵਿੱਚੋਂ ਸਾਰੇ ਉਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਤੁਹਾਨੂੰ ਚਾਹੀਦੇ ਨੇ ਸਮਝ ਰਹੇ ਨਾ ਮੰਨ ਲਓ ਕਿ ਜੇਈ ਦਾ ਪੇਪਰ ਹੈ ਉਹਦੇ ਵਿੱਚ ਸਿਰਫ 10 ਕੁਐਸਚਨ ਹੀ ਤੁਹਾਡੇ ਮਤਲਬ ਦੇ ਨੇ ਜਾਂ 20 ਕੁਐਸਚਨ ਹੀ ਤੁਹਾਡੇ ਮਤਲਬ ਦੇ ਨੇ ਤਾਂ ਉਹ ਅਲੱਗ ਕਰਕੇ ਤੁਹਾਨੂੰ ਇੱਕ ਫਾਈਲ ਅਲੱਗ ਮਿਲੇਗੀ ਠੀਕ ਹੈ ਜੀ ਤਾਂ ਇਸ ਤੋਂ ਇਲਾਵਾ ਬਾਕੀ ਆ ਪੁਰਾਣੀ ਫਾਈਲਸ ਤਾਂ ਹੈਗੇ ਹੀ ਨੇ ਜਿਹੜੇ ਲਾਸਟ 5 ਈਅਰਸ ਦੇ ਪੇਪਰ ਨੇ ਅਬਾਊਟ 55 ਤੋਂ 60 ਪੇਪਰਸ ਨੇ ਤਾਂ ਉਹ ਵੀ ਅਵੇਲੇਬਲ ਨੇ ਉਹਦੀ ਵੀ ਜਿਹੜਾ ਹੈਗਾ ਇੱਕ ਮਰਜਿੰਗ ਐਵੇਂ ਕੀਤੀ ਹੋਈ ਹੈ ਤਾਂ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰਸ ਓਬਵੀਅਸਲੀ ਸੀਨੀਅਰ ਰਜਿਸਟਰਡ ਦੇ ਐਗਜ਼ਾਮ ਲਈ ਰਜਿਸਟਰ ਵਾਲੇ ਜਿਹੜੇ ਪੇਪਰ ਆਏ ਨੇ ਰੀਸੈਂਟ ਪੀਸੀਐਸ ਪੀਸੀਐਸ 2023 ਪੀਸੀਐਸ ਪੀਪੀਐਸਸੀ ਨੈਬ ਤਹਿਸੀਲਦਾਰ ਹੋਰ ਜਿੰਨੇ ਵੀ ਪੇਪਰ ਨੇ ਸਾਰਿਆਂ ਦੇ ਵਿੱਚ ਚਾਹੀਦੇ ਹੁੰਦੇ ਨੇ ਤਾਂ ਜੇ ਤੁਹਾਨੂੰ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰਸ ਚਾਹੀਦੇ ਨੇ ਤੁਸੀਂ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਤੁਹਾਨੂੰ ਪਤਾ ਹੀ ਹੋਏਗਾ ਜੀ 7986463146 ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਕਰੋ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ